ਤੁਸੀਂ ਦੇਖ ਰਹੇ ਹੋ ਐਸ ਐਮ ਜੈਨ ਨਿਊਜ਼, ਮੈਂ ਹਾਂ ਭੁਪਿੰਦਰ ਸਿੰਘ, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ। ਅੱਜ ਆਪਾਂ ਫਿਰ ਗੱਲਾਂ ਬਾਤਾਂ ਕਰਾਂਗੇ ਸਿਆਸਤ ਨੂੰ ਲੈ ਕੇ, ਦੇਸ਼ ਦੁਨੀਆ ਦੀਆਂ ਗੱਲਾਂ ਬਾਤਾਂ ਕਰਾਂਗੇ। ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ, ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ, ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ। ਵਰਿੰਦਰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ। ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ, ਕਿਉਂਕਿ ਠੰਡ ਜਿਹੜੀ ਆ ਉਹ ਹੱਡ ਚੀਰਵੀਂ ਠੰਡ ਹੈ, ਤਾਂ ਉਮੀਦ ਹੈ ਤੁਸੀਂ ਠੀਕ ਹੋਵੋਗੇ। ਕਿਵੇਂ ਹਾਲ ਚਾਲ ਤੁਹਾਡਾ ਜੀ? ਪਹਿਲੀ ਗੱਲ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਭੁਪਿੰਦਰ ਜੀ ਜੀ ਸਵਾਗਤ ਕਰਨ ਦੇ ਲਈ, ਅਤੇ ਦੂਜੀ ਗੱਲ ਸਿਹਤ ਬਿਲਕੁਲ ਠੀਕ ਠਾਕ ਹੈ, ਉਸ ਮਾਲਕ ਦੀ ਕਿਰਪਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਠੰਡ ਜਿਹੜੀ ਹੈ ਉਹ ਹੱਡ ਚੀਰਵੀਂ ਹੈ। ਸਵੇਰੇ ਜਦੋਂ ਦਫ਼ਤਰ ਨੂੰ ਨਿਕਲੀਦਾ ਹੈ ਤਾਂ ਸਮਝ ਲਓ ਕਿ 9:45 ਦੇ ਆਸ ਪਾਸ ਹੁੰਦਾ ਸਮਾਂ, ਧੁੰਦ ਜਿਹੜੀ ਹੁੰਦੀ ਹੈ ਬੜੀ ਸੰਘਣੀ ਹੁੰਦੀ ਹੈ, ਅਤੇ ਬੜਾ ਹੱਡ ਚੀਰਵਾਂ ਜਿਹੜਾ ਹੁੰਦਾ, ਠੰਡ ਦਾ ਮਾਹੌਲ ਹੁੰਦਾ ਜੀ, ਅਤੇ ਠੁਰੂ ਠੁਰੂ ਕਰਦੇ ਆਈਦਾ ਜੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਠੰਡ ਜੀ ਵਧਣੀ ਹੈ। ਜਿਹੜੇ ਆਪਣੇ ਵਿਗਿਆਨਿਕ ਨੇ ਜਾਂ ਕਹਿ ਲਈਏ ਆਪਾਂ ਮੌਸਮ ਵਿਭਾਗ ਦੇ ਮਾਹਰ ਨੇ, ਉਹਨਾਂ ਦਾ ਕੀ ਕਹਿਣਾ ਠੰਡ ਨੂੰ ਲੈ ਕੇ, ਧੁੰਦ ਦਾ ਅੱਗੇ ਕਿੱਦਾਂ ਦਾ ਸਿਨੈਰੀਓ ਹੋਊਗਾ? ਅੱਜ ਮੇਰੀ ਮੌਸਮ ਮਹਿਕਮੇ ਦੇ ਜਿਹੜੇ ਵਿਗਿਆਨੀ ਨੇ ਉਹਨਾਂ ਨਾਲ ਮੇਰੀ ਗੱਲ ਹੋ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ 2-3 ਦਿਨ ਧੁੰਦ ਜਿਹੜੀ ਹੈ ਇੱਦਾਂ ਹੀ ਸੰਘਣੀ ਰਹੇਗੀ, ਬਰਕਰਾਰ ਰਹੇਗੀ ਜੀ, ਔਰ ਟੈਂਪਰੇਚਰ ਜਿਹੜਾ ਇਹ ਸਥਿਰ ਰਹੇਗਾ। ਠੀਕ ਹੈ, ਠੰਡ ਜਿਹੜੀ ਹੈ ਇਹ ਇੱਦਾਂ ਹੀ ਜਾਰੀ ਰਹੇਗੀ ਲਗਾਤਾਰ। ਠੀਕ ਹੈ, ਅਤੇ ਫਿਲਹਾਲ ਮੀਂਹ ਕਣੀ ਦੀ ਕੋਈ ਬਹੁਤ ਜ਼ਿਆਦਾ ਸੰਭਾਵਨਾ ਨਹੀਂ ਹੈ ਜੀ। ਧੁੰਦ ਨੂੰ ਲੈ ਕੇ ਜੀ ਔਰੇਂਜ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ, ਤਾਂ ਇਸ ਤੋਂ ਬਾਅਦ ਜਿਵੇਂ ਜਿਵੇਂ ਦਿਨ ਨਵੇਂ ਆਉਣੇ ਨੇ, ਨਵਾਂ ਸਾਲ ਸ਼ੁਰੂ ਹੋਣਾ ਜੀ, ਅਤੇ ਠੰਡ ਜਿਹੜੀ ਹੈ ਜੀ ਇਹ ਹੋਰ ਵੱਧ ਸਕਦੀ ਹੈ। ਠੀਕ ਹੈ ਜੀ ਜੀ, ਤਾਂ ਹੋ ਗਈ ਆਪਣੇ ਮੌਸਮ ਦੇ ਨਾਲ ਜੁੜੀ ਹੋਈ ਗੱਲਬਾਤ। ਕੋਈ ਇਹ ਤੋਂ ਇਲਾਵਾ ਦੇਸ਼ ਦੁਨੀਆ ਦੀ ਕੋਈ ਗੱਲਬਾਤ ਸੁਣਾਓ, ਜਿਹੜੀ ਪੱਖ ਦੀ ਸਿਆਸਤ ਹੈ, ਸਿਆਸਤ ਦੇ ਨਾਲ ਕੋਈ ਜੁੜੀ ਗੱਲਬਾਤ ਹੋਵੇ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਂਝੀ ਕਰੋ। ਸਿਆਸਤ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਜਿਹੜੀਆਂ ਸਾਂਝੀਆਂ ਕਰਨ ਵਾਲੀਆਂ ਹੁੰਦੀਆਂ। ਭੁਪਿੰਦਰ ਜੀ ਜੀ ਬਿਲਕੁਲ, ਆ ਹੁਣੇ ਜਿਹੜਾ 3 ਅਪਰਾਧਕ ਬਿੱਲ ਸਾਡੀ ਸੰਸਦ ਦੇ ਵਿੱਚ ਅਤੇ ਫਿਰ ਰਾਜ ਸਭਾ ਦੇ ਵਿੱਚ ਪਾਸ ਹੋਏ ਨੇ ਜੀ, ਉਸ ਨੂੰ ਰਾਸ਼ਟਰਪਤੀ ਜੀ ਹੋਰਾਂ ਨੇ ਅੱਜ ਪ੍ਰਵਾਨਗੀ ਦਿੱਤੀ ਹੈ ਜੀ, ਅਪਰੂਵ ਕਰਤੇ ਹੈ ਰਾਸ਼ਟਰਪਤੀ ਸਾਡੇ ਜਿਹੜੇ ਹੈਗੇ ਨੇ ਮੈਡਮ ਦ੍ਰੌਪਦੀ ਮੁਰਮੂ ਹੋਰਾਂ ਨੇ। ਸੋ ਪੁਰਾਣੇ ਜਿਹੜੇ ਅੰਗਰੇਜ਼ਾਂ ਦੇ ਸਮੇਂ ਦੇ ਕਾਨੂੰਨ ਸੀ ਜੀ, ਉਹਨਾਂ ਦੀ ਥਾਂ 'ਤੇ ਨਵੇਂ 3 ਅਪਰਾਧ ਕਾਨੂੰਨ ਜਿਹੜੇ ਨੇ ਜੀ ਉਹਨਾਂ ਨੂੰ ਪ੍ਰਵਾਨਗੀ ਮਿਲ ਗਈ ਹੋਈ ਹੈ ਅਤੇ ਉਹ ਬਹੁਤ ਜਲਦ ਲਾਗੂ ਹੋ ਜਾਣਗੇ। ਇੱਕ ਤਾਂ ਇਹ ਸਾਡੇ ਦੇਸ਼ ਦੀ ਖਬਰ ਹੈ, ਦੂਸਰਾ ਜੇ ਆਪਾਂ ਵਿਦੇਸ਼ ਦੀ ਗੱਲ ਕਰੀਏ ਤਾਂ ਵਿਦੇਸ਼ ਦੇ ਵਿੱਚ ਕੱਲ੍ਹ ਵੀ ਮੈਂ ਜ਼ਿਕਰ ਕੀਤਾ ਸੀਗਾ ਕਿ ਇੱਕ ਟਰੱਕ ਚਾਲਕ ਜਿਹੜਾ ਸਾਡੇ ਪੰਜਾਬ ਦੇ ਨਾਲ ਤਾਲੁਕਾਤ ਰੱਖਦਾ ਹੈ, ਓਨਟੈਰੀਓ ਪੁਲਿਸ ਨੇ ਉਹਦੇ ਕੋਲੋਂ 52 ਕਿਲੋ ਜਿਹੜਾ ਚਿੱਟਾ ਉਹ ਬਰਾਮਦ ਕੀਤਾ ਸੀ ਕੈਨੇਡਾ ਦੇ ਵਿੱਚ। ਅਤੇ ਅੱਜ ਫਿਰ ਇੱਕ ਖਬਰ ਜਿਹੜੀ ਆ ਸਾਹਮਣੇ ਆਈ ਹੈ ਕਿ 3 ਪੰਜਾਬੀ ਨੌਜਵਾਨਾਂ ਤੋਂ ਜਾਅਲੀ ਜਿਹੜੇ ਉਹ ਲਾਈਸੈਂਸ ਪਲੇਟਸ, ਨੰਬਰ ਪਲੇਟਸ ਜਿਹੜੀਆਂ ਹੁੰਦੀਆਂ ਨੇ ਉਹ ਕਾਰਾਂ ਜੀ ਉਹ ਬਰਾਮਦ ਕੀਤੀਆਂ ਨੇ ਜਾਅਲੀ, ਨਾਲ ਹੀ ਕੁਝ ਕੋਕੀਨ ਹੈ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਨੇ। 3 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰਕੇ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 8 ਵੱਖ ਵੱਖ ਜਿਹੜੇ ਅਪਰਾਧਿਕ ਮਾਮਲੇ ਦਰਜ ਹੋਏ ਦੱਸੇ ਜਾ ਰਹੇ ਨੇ। ਹੁਣ ਇਸੇ ਲੜੀ ਦੇ ਵਿੱਚ ਹੀ ਇੱਕ ਬੜੀ ਮੰਦਭਾਗੀ ਖਬਰ ਜਿਹੜੀ ਹੈ ਉਹ ਨਿਊਜ਼ੀਲੈਂਡ ਤੋਂ ਆ ਰਹੀ ਹੈ ਵੀ ਉੱਥੇ ਇੱਕ ਨੌਜਵਾਨ ਜਿਹੜਾ ਹੈਗਾ ਜੀ ਰਮਨਦੀਪ ਸਿੰਘ ਉਹਦਾ ਨਾਂ ਦੱਸਿਆ ਜਾ ਰਿਹਾ ਹੈ, ਅਤੇ
ਪਿੰਡ ਉਹਦਾ ਜੱਦੀ ਹੈਗਾ ਜ਼ਿਲ੍ਹਾ ਗੁਰਦਾਸਪੁਰ ਦਾ ਕੋਟਲੀ ਜੀ ਸ਼ਾਹਪੁਰ ਪਿੰਡ ਦਾ ਰਹਿਣ ਵਾਲਾ ਜੀ। ਉਹ 2018 ਦੇ ਵਿੱਚ ਕੈਨੇਡਾ ਗਿਆ 12ਵੀਂ ਪਾਸ ਕਰਕੇ ਨੌਜਵਾਨ, ਕਿਉਂਕਿ ਅੱਜ ਕੱਲ੍ਹ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਟ੍ਰੈਂਡ ਹੈਗਾ ਬਾਹਰ ਜਾਣ ਦਾ। ਨਿਊਜ਼ੀਲੈਂਡ ਵਿਚਾਰਾ ਗਿਆ, ਜਦਕਿ ਨਿਊਜ਼ੀਲੈਂਡ ਨੂੰ ਸਭ ਤੋਂ ਸੁਰੱਖਿਅਤ ਮੁਲਕਾਂ ਦੀ ਲਿਸਟ ਦੇ ਵਿੱਚ ਰੱਖਿਆ ਗਿਆ ਹੈ, ਰੱਖਿਆ ਨਹੀਂ ਗਿਆ ਮਤਲਬ ਆਉਂਦੇ ਨੇ ਜੀ। ਬਾਵਜੂਦ ਇਸ ਦੇ ਉਸ ਨੌਜਵਾਨ ਨਾਲ ਜੋ ਕੁਝ ਹੋਇਆ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲਾ ਹੈ ਵੀ ਇਹੋ ਜਿਹੜੇ ਅਮਨ ਪਸੰਦ ਮੁਲਕ ਨੇ ਉੱਥੇ ਵੀ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ। ਉਹ ਮੁੰਡਾ ਉੱਥੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ, ਪਾਰਕ ਦੇ ਵਿੱਚ ਸਿਕਿਉਰਿਟੀ ਲੱਗੀ ਸੀ ਉਹਦੀ ਜੀ। ਰਾਤ ਵੇਲੇ ਜਦੋਂ ਪਾਰਕ ਦਾ ਗੇਟ ਬੰਦ ਕਰਕੇ ਜਾਣ ਲੱਗਿਆ ਤਾਂ ਉੱਥੇ ਗੋਰੇ ਕੁਝ ਨੌਜਵਾਨ ਸ਼ਰਾਬ ਪੀ ਰਹੇ ਸੀ। ਇਹਨੇ ਉਹਨਾਂ ਨੂੰ ਕਿਹਾ ਕਿ ਭਾਈ ਗੇਟ ਗੁੱਟ ਬੰਦ ਕਰਨ ਲੱਗੇ, ਹੁਣ ਤੁਸੀਂ ਜਾਓ। ਇੰਨੀ ਦੇਰ ਨੂੰ ਉਹ ਜਿਹੜੇ ਗੋਰੇ ਨੌਜਵਾਨ ਸੀ ਉਹ ਖੈਬੜ ਪਏ ਅਤੇ ਉਹ ਮੁੰਡੇ ਦਾ ਕਤਲ ਕਰ ਦਿੱਤਾ। ਬੜਾ ਦੁੱਖ ਹੋਇਆ ਵੀ ਸਾਡਾ ਬੱਚਾ, ਉਹ ਨੌਜਵਾਨ ਪੰਜਾਬ ਦਾ ਬੱਚਾ ਜਿਹੜਾ ਉੱਥੇ ਆਪਣੇ ਭਵਿੱਖ ਨੂੰ, ਸੁਨਹਿਰੇ ਭਵਿੱਖ ਨੂੰ ਲੈ ਕੇ ਉੱਥੇ ਪਹੁੰਚਿਆ, ਉਸ ਦੇ ਨਾਲ ਉੱਥੋਂ ਗੋਰਿਆਂ ਨੇ ਇਹ ਸਲੂਕ ਕੀਤਾ ਅਤੇ ਉਹ ਵਿਚਾਰੇ ਦੀ ਜਾਨ ਚਲੇ ਗਈ। ਹੁਣ ਇਸੇ ਲੜੀ ਦੇ ਵਿੱਚ ਤੁਸੀਂ ਦੇਖ ਲਓ, ਜੇ ਆਪਾਂ ਲੁਧਿਆਣੇ ਦੀ ਗੱਲ ਕਰੀਏ, ਲੁਧਿਆਣੇ ਦੇ ਵਿੱਚ ਵੀ ਇੱਕ ਪੰਜਾਬੀ ਨੌਜਵਾਨ ਦਾ ਜਿਹੜਾ ਕਤਲ ਪ੍ਰਵਾਸੀਆਂ ਵੱਲੋਂ ਕੀਤਾ ਦੱਸਿਆ ਜਾ ਰਿਹਾ। 30 ਸਾਲਾਂ ਦਾ ਮੁੰਡਾ ਨੌਜਵਾਨ ਗੁਰਮੀਤ ਸਿੰਘ ਜਿਹੜਾ ਕਿ ਢੰਡਾਰੀ ਦਾ ਰਹਿਣ ਵਾਲਾ ਜੀ, ਉਹ ਮਾੜਾ ਮੋਟਾ ਵਿਚਾਰਾ ਦਿਹਾੜੀ ਧੱਪੇ ਦਾ ਕੰਮ ਕਰਦਾ ਸੀ ਅਤੇ ਉਹ ਸ਼ਾਮੀ ਜਦੋਂ ਆ ਰਿਹਾ ਸੀ ਕੰਮ ਤੋਂ ਵਾਪਸ ਅਤੇ ਢੰਡਾਰੀ ਵਿੱਚ ਜੂਸ ਪੀਣ ਲਈ ਜੂਸ ਦੀ ਰੇਹੜੀ 'ਤੇ ਖੜ੍ਹ ਗਿਆ, ਉਹ ਜੂਸ ਪੀਂਦਾ ਪਿਆ ਸੀਗਾ ਅਤੇ ਇੰਨੀ ਦੇਰ ਨੂੰ 3 ਨੌਜਵਾਨ ਸਕੂਟਰ 'ਤੇ ਚੜ੍ਹੇ ਆ ਰਹੇ ਸੀ ਅਤੇ ਉਹਨਾਂ ਦਾ ਕਿਤੇ ਸਕੂਟਰ ਹੋ ਗਿਆ ਸਲਿੱਪ, ਸਕੂਟਰ ਸਲਿੱਪ ਹੋ ਗਿਆ, ਉਹ ਡਿੱਗ ਗਏ। ਉਹ ਡਿੱਗਦਿਆਂ ਨੂੰ ਦੇਖ ਕੇ ਜਿਹੜਾ ਜੂਸ ਵਾਲੀ ਰੇਹੜੀ ਵਾਲਾ ਸੀ ਉਹਦਾ ਹਾਸਾ ਨਿਕਲ ਗਿਆ, ਕਿਉਂਕਿ ਉਹ ਪੁੱਠਾ ਸਿੱਧਾ ਚਲਾਉਂਦੇ ਹੋਣੇ ਆ। ਉਹ ਹੱਸ ਪਿਆ ਅਤੇ ਉਹ ਸਕੂਟਰ ਵਾਲੇ ਉੱਠੇ ਨੇ ਅਤੇ ਉਹਦੇ ਗਲ ਪੈ ਗਏ ਨੇ ਜੂਸ ਵਾਲੇ ਦੇ ਜੀ। ਲਾਗੇ ਉਹ ਮੁੰਡਾ ਜਿਹੜਾ ਸੀ ਗੁਰਮੀਤ ਸਿੰਘ ਖੜ੍ਹਿਆ ਆਇਆ ਸੀ ਜੀ, ਗੁਰਮੀਤ ਸਿੰਘ ਨਾਲ ਵੀ ਉਹਦੀ ਖੈਬੜਬਾਜ਼ੀ ਉਹਨਾਂ ਦੀ ਹੋ ਗਈ। ਇੰਨੀ ਦੇਰ ਨੂੰ ਗੁਰਮੀਤ ਦਾ ਭਰਾ ਮੰਦੀ ਵੀ ਉੱਥੇ ਪਹੁੰਚ ਗਿਆ, ਉਹ ਵੇਖਦੇ ਵੇਖਦਿਆਂ ਉਹਨਾਂ ਨੇ ਸੱਟ ਪੇਟ ਮਾਰੀ ਅਤੇ ਗੁਰਮੀਤ ਦਾ ਕਤਲ ਕਰ ਦਿੱਤਾ। ਉਹ ਤਿੰਨੇ ਜਿਹੜੇ ਨੌਜਵਾਨ ਹੈ ਉਹ ਪ੍ਰਵਾਸੀ ਨੇ, ਇੱਥੇ ਦੱਸਿਆ ਜਾ ਰਿਹਾ ਕਿ ਉਹ ਮੀਟ ਦਾ ਕੰਮ ਕਰਦੇ ਸੀ, ਮੀਟ ਕਟਾਈ ਦਾ ਕਸਾਈ ਦਾ ਕੰਮ ਕਰਦੇ ਸੀ ਅਤੇ ਇੱਥੇ ਦੇ ਰਹਿਣ ਵਾਲੇ ਸੀ 3 ਜਣੇ ਜੀ, ਮਤਲਬ ਇੱਥੇ ਰਹਿੰਦੇ ਸੀ, ਪ੍ਰਵਾਸੀ ਸੀਗੇ। ਪ੍ਰਵਾਸੀਆਂ ਵੱਲੋਂ 2 ਘਟਨਾਵਾਂ ਜਿਹੜੀਆਂ ਮਤਲਬ ਕਿ ਅੱਜ ਇੱਕ ਤਾਂ ਲੁਧਿਆਣੇ 'ਚ ਦੇਖ ਲਓ ਵੀ ਪੰਜਾਬੀ ਨੌਜਵਾਨ ਦਾ ਕਤਲ ਪ੍ਰਵਾਸੀਆਂ ਨੇ ਕਰਤਾ, ਅਤੇ ਨਿਊਜ਼ੀਲੈਂਡ ਦੇ ਵਿੱਚ ਵੀ ਸਾਡਾ ਪ੍ਰਵਾਸੀ ਜਿਹੜਾ ਪੰਜਾਬੀ ਨੌਜਵਾਨ ਗਿਆ ਸੀ ਉੱਥੋਂ ਦੇ ਰਹਿਣ ਵਾਲੇ ਨੇ ਸਾਡੇ ਇਹ ਕਰਤਾ। ਬੜਾ ਦੁੱਖ ਲੱਗਿਆ ਕਿ ਨੌਜਵਾਨ ਜਿਹੜੇ ਹੈਗੇ ਸੀ ਘਰਾਂ ਦੇ ਚਿਰਾਗ ਜਿਹੜੇ ਬੁੱਝ ਗਏ ਇਸ ਢੰਗ ਨਾਲ। ਸੋ ਇਹ ਜਿਹੜੀਆਂ ਮੰਦਭਾਗੀਆਂ ਖਬਰਾਂ ਜਿਹੜੀਆਂ ਸੀਗੀਆਂ, ਕਈ ਵਾਰੀ ਨਾ ਭੁਪਿੰਦਰ ਜੀ ਜਦੋਂ ਚੰਗੀਆਂ ਚੰਗੀਆਂ ਖਬਰਾਂ ਸੁਣੀਦੀਆਂ ਨਾ ਸਵੇਰੇ ਤਾਂ ਬੜਾ ਮਨ ਖੁਸ਼ ਹੋ ਜਾਂਦਾ, ਜਦੋਂ ਇਹੋ ਜਿਹੀਆਂ ਖਬਰਾਂ ਸੁਣੀਦੀਆਂ ਨਾ ਮਨ ਨਾਲ ਦੁਖੀ ਹੋ ਜਾਂਦਾ ਵੀ ਦੇਖੋ ਕੀ ਕੁਝ ਵਾਪਰ ਰਿਹਾ ਸਾਡੇ ਪੰਜਾਬੀਆਂ ਦੇ ਨਾਲ। ਹਰ ਪਾਸਿਓਂ ਸਾਡੇ ਪੰਜਾਬੀ ਜਿਹੜਾ ਹੈ, ਸਾਡਾ ਪੰਜਾਬ ਹੈ, ਉਹ ਵਿਤਕਰਾ ਹੋ ਰਿਹਾ ਜੀ। ਬਿਲਕੁਲ ਜੀ, ਇਹ ਤੋਂ ਇਲਾਵਾ ਜੇ ਗੱਲ ਕਰੀਏ ਵਰਿੰਦਰ ਜੀ ਕਿ ਕਾਂਗਰਸ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਮੀਟਿੰਗ ਆ ਜਿਹੜੀ ਇਹਨਾਂ ਦੀ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਹੈ, ਜਿਵੇਂ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ, ਜਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ ਜਾਂ ਕਿਸ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ ਹੈ? ਕਾਂਗਰਸ ਦੀ ਮੀਟਿੰਗ ਹੋਣ ਦੀ ਗੱਲ ਕਹੀ ਜਾ ਰਹੀ ਹੈ, ਉਹ ਕੀ ਗੱਲਬਾਤ ਹੈ ਅਤੇ ਮੀਟਿੰਗ ਕਦੋਂ ਆ ਅਤੇ ਕਿਸ ਮੁੱਦੇ 'ਤੇ ਮੀਟਿੰਗ ਆ? ਭੁਪਿੰਦਰ ਜੀ, ਜਿਵੇਂ ਜਿਵੇਂ ਚੋਣਾਂ ਹੁੰਦੀਆਂ ਨੇ ਤਾਂ ਮੀਟਿੰਗ ਦੇ ਦੌਰ ਸ਼ੁਰੂ ਹੋ ਜਾਂਦੇ ਨੇ ਜੀ। ਬਿਲਕੁਲ, ਜੇ ਕਿਤੇ ਸਿਆਸੀ ਲੋਕ ਭਲਾਈ ਦੇ
ਮੁੱਦਿਆਂ ਨੂੰ ਲੈ ਕੇ ਮੀਟਿੰਗਾਂ ਕਰਨ ਅਤੇ ਗੱਲਾਂ ਸਮਝ ਆਉਂਦੀਆਂ ਨੇ ਵੀ ਇਹਨਾਂ ਦਾ ਜਿਹੜਾ ਸਿਆਸੀ ਲੋਕ ਹੈ ਇਹਨਾਂ ਦਾ ਝੁਕਾਅ ਇਹਨਾਂ ਦੀ ਜਿਹੜੀ ਸੋਚ ਆ ਬੜੀ ਚੰਗੀ ਹੈ ਵੀ ਲੋਕ ਭਲਾਈ ਦੇ ਕੰਮਾਂ ਨੂੰ ਲੈ ਕੇ ਬੈਠਕਾਂ ਹੁੰਦੀਆਂ। ਬੈਠਕਾਂ ਲੋਕ ਭਲਾਈ ਦੇ ਕੰਮਾਂ ਨੂੰ ਤਾਂ ਲੈ ਕੇ ਹੁੰਦੀਆਂ ਨਹੀਂ, ਬੈਠਕਾਂ ਸਿਆਸਤ ਨੂੰ ਹੁੰਦੀਆਂ, ਆਪਣੀ ਕੁਰਸੀ ਨੂੰ ਹੁੰਦੀਆਂ। ਸੋ ਗੱਲ ਇਹ ਹੈ ਕਿ ਹੁਣ ਆਪਾਂ ਮੀਟਿੰਗ ਵਾਲੀ ਗੱਲ ਜਿਹੜੀ ਤੁਸੀਂ ਸਵਾਲ ਪੁੱਛਿਆ ਇਹ ਪੰਜਾਬ ਕਾਂਗਰਸ ਦੀ ਮੀਟਿੰਗ ਅੱਜ ਹਾਈਕਮਾਂਡ ਨਾਲ ਦਿੱਲੀ ਵਿਖੇ ਹੋਣ ਜਾ ਰਹੀ ਹੈ, ਠੀਕ ਹੈ, ਜੋ ਪਤਾ ਲੱਗਿਆ 4:30 ਮੀਟਿੰਗ ਸ਼ੁਰੂ ਹੋਊਗੀ ਅਤੇ ਜੋ ਪਤਾ ਲੱਗਿਆ ਹੈ ਕਿ ਉਸ ਮੀਟਿੰਗ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਜੀ, ਸਾਬਕਾ ਪ੍ਰਧਾਨ ਜਿਹੜੇ ਅਕਸਰ ਸੁਰਖੀਆਂ 'ਚ ਰਹਿੰਦੇ ਨੇ ਜੀ, ਨਵਜੋਤ ਸਿੰਘ ਸਿੱਧੂ ਹੋਰੀ ਅਤੇ ਨਾਲੇ ਪ੍ਰਤਾਪ ਸਿੰਘ ਬਾਜਵਾ ਹੋਰੀ ਜੀ, ਇਹ ਸ਼ਾਮਿਲ ਹੋਣ ਦੀ ਮੀਟਿੰਗ 'ਚ ਇਹਨਾਂ ਦੇ ਸ਼ਾਮਿਲ ਹੋਣ ਦੀ ਗੱਲ ਦੱਸੀ ਜਾ ਰਹੀ ਹੈ ਵੀ ਉੱਥੇ ਪਹੁੰਚਣਗੇ। ਹੁਣ ਉਸ ਮੀਟਿੰਗ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜੀ ਗੱਲਬਾਤ ਕੀਤੀ ਜਾਵੇਗੀ, ਚਰਚਾ ਕੀਤੀ ਜਾਵੇਗੀ ਵੀ ਲੋਕ ਸਭਾ ਦੀਆਂ ਕੀ ਮਤਲਬ ਚਰਚਾ ਜਿਹੜਾ ਵਿਸ਼ਾ ਹੋਊਗਾ। ਦੂਸਰਾ ਸਿੱਧੂ ਭਾਅ ਹੋਰਾਂ ਦਾ ਮੁੱਦਾ ਵੀ ਚੱਕਿਆ ਜਾਊਗਾ, ਜਿਸ ਢੰਗ ਨਾਲ ਜਿਹੜੇ ਕਾਂਗਰਸ ਦੇ ਆਗੂ ਨੇ ਉਹ ਉਂਗਲੀ ਚੱਕ ਰਹੇ ਨੇ ਕਿ ਸਿੱਧੂ ਹੋਰੀ ਤਾਂ ਬੜੇ ਬੜਬੋਲੇ ਨੇ, ਇਹਨਾਂ ਨੂੰ ਬੋਲਣ ਬੋਲਣ ਦਾ ਪਤਾ ਨਹੀਂ, ਅਨੁਸ਼ਾਸਨ ਭੰਗ ਕਰਦੇ ਨੇ ਅਤੇ ਇਹਨਾਂ ਨੂੰ ਵਰਾਹ ਵਿਖਾਇਆ ਜਾਵੇ, ਗੇਟੋਂ ਬਾਹਰ ਕੀਤਾ ਜਾਵੇ ਕਾਂਗਰਸ ਦੇ ਦਾਇਰੇ 'ਚੋਂ। ਸੋ ਇਸ ਮੁੱਦਿਆਂ ਨੂੰ ਲੈ ਕੇ, ਸਿੱਧੂ ਹੋਰਾਂ ਦੇ ਮੁੱਦਿਆਂ ਨੂੰ ਲੈ ਕੇ ਵੀ ਗੱਲਬਾਤ ਦੇ ਆਸਾਰ ਨੇ, ਉੱਥੇ ਵੀ ਇਹ ਗੱਲਬਾਤ ਹੋਵੇਗੀ ਜੀ। ਦੂਸਰੀ, ਜਿਸ ਢੰਗ ਨਾਲ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ, ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਸਾਰੇ ਕਾਂਗਰਸ ਦੇ ਜਿਹੜੇ ਆਗੂ ਨੇ ਪੰਜਾਬ ਕਾਂਗਰਸ ਦੇ, ਉਹ ਕਹਿੰਦੇ ਨੇ ਨਹੀਂ ਜਿੱਥੇ ਜਿਹੜੀ ਸੈਂਟਰ ਗੌਰਮੈਂਟ ਹੈ, ਸੋਰੀ ਜਿੱਥੇ ਹਾਈਕਮਾਂਡ ਹੈ ਦਿੱਲੀ ਦੀ ਜੀ, ਉਹ ਕਹਿੰਦੀ ਹੈ ਜਾਂ ਮਤਲਬ ਜਿਹੜਾ ਗੱਠਜੋੜ ਹੈ ਉਹ ਕਹਿੰਦਾ ਹੈ ਵੀ ਜਿਹੜਾ ਇੰਡੀਆ ਅਲਾਇੰਸ ਬਣਿਆ ਵੀ ਗੱਠਜੋੜ ਦੇ ਨਾਲ ਸਾਰੇ ਸੂਬਿਆਂ ਦੇ ਵਿੱਚ ਚੋਣਾਂ ਹੋਣ, ਲੋਕ ਸਭਾ ਦੀਆਂ ਚੋਣਾਂ। ਹੁਣ ਜਿਹੜੇ ਪੰਜਾਬ ਕਾਂਗਰਸ ਦੇ ਆਗੂ ਨੇ ਉਹ ਕਹਿੰਦੇ ਨੇ ਨਹੀਂ, ਇਹ ਗੱਠਜੋੜ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ, ਜੋ ਸਟੇਟਮੈਂਟਸ ਆਈਆਂ ਨੇ ਪਿੱਛੇ ਦੀ ਜੀ। ਹੁਣ ਹਾਈਕਮਾਂਡ ਪੰਜਾਬ ਕਾਂਗਰਸ ਦੇ ਆਗੂਆਂ ਦੀ ਨਬਜ਼ ਵੀ ਟਟੋਲੇਗੀ ਭਾਈ, ਇਹ ਜਿਹੜੇ ਗੱਠਜੋੜ ਨੂੰ ਲੈ ਕੇ ਇਹਨਾਂ ਦੇ ਅੰਦਰ ਕੀ ਗੱਲਾਂ ਬਾਤਾਂ ਨੇ, ਕੀ ਚਾਹੁੰਦੇ ਨੇ, ਕਿਸ ਢੰਗ ਨਾਲ ਚਾਹੁੰਦੇ ਨੇ, ਕੀ ਹੋਣਾ ਚਾਹੀਦਾ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਹੋਊਗੀ, ਵਿਚਾਰ ਹੋਣਗੇ। ਬਹੁਤ ਸਾਰੇ ਆਗੂ ਇਹੋ ਜਿਹੇ ਹੋਣਗੇ ਜਿਹੜੇ ਕਹਿਣਗੇ ਕਿ ਜੇ ਨਹੀਂ ਗੱਠਜੋੜ ਨਹੀਂ ਹੋਣਾ ਚਾਹੀਦਾ, ਤਾਂ ਫਿਰ ਹਾਈਕਮਾਂਡ ਪੁੱਛੇਗਾ ਕਿ ਭਾਈ ਸੱਜਣੋ ਕੀ ਕਾਰਨ ਸਮਝਦੇ ਹੋ, ਕਿਸ ਢੰਗ ਨਾਲ ਮਸਲਾ ਹੱਲ ਹੋ ਸਕਦਾ, ਇਹ ਦੌਰ ਜਿਹੜਾ ਨਾ ਇਸ ਢੰਗ ਨਾਲ ਚੱਲੇਗਾ ਸਿਆਸਤ ਦੇ ਉੱਤੇ, ਜਿਹੜੇ ਵਿਚਾਰ ਵਟਾਂਦਰਾ ਹੋਊਗਾ ਵੀ ਕਿਸ ਢੰਗ ਨਾਲ ਅਸੀਂ ਜਿਹੜੀਆਂ ਚੀਜ਼ਾਂ ਨੇ ਉਹ ਕਰਨੀਆਂ ਨੇ। ਦੇਖੋ ਅਲਾਇੰਸ ਜਿਹੜਾ ਬਣਿਆ, ਇੰਡੀਆ ਅਲਾਇੰਸ ਗੱਠਜੋੜ ਬਣਿਆ, ਹੁਣ ਇਹ ਤਾਂ ਇਸੇ ਖਾਤਰ ਬਣਿਆ ਨਾ ਕਿ ਜਿਹੜੀ ਕੇਂਦਰ ਸਰਕਾਰ ਆ, ਖਾਸ ਤੌਰ 'ਤੇ ਮਤਲਬ ਕੇਂਦਰ ਵਿੱਚ ਸਰਕਾਰ ਹੈ BJP ਦੀ, ਭਾਜਪਾ ਦੀ, ਮੋਦੀ ਨੂੰ ਮੋਦੀ ਦੇ ਬਾਰੇ ਹਟਾਉਣ ਬਾਰੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਭਾਈ, ਕਿਸੇ ਢੰਗ ਨਾਲ ਵੀ ਗੱਠਜੋੜ ਹੋ ਜਾਵੇ ਔਰ ਰਲ ਕੇ ਚੋਣਾਂ ਲੜੀਆਂ ਜਾਣ, ਅਤੇ ਇਹ ਸਭ ਚੀਜ਼ਾਂ ਹੈਗੇ। ਨਵੇਂ ਜਿਹੜੇ ਪ੍ਰਧਾਨ ਮੰਤਰੀ ਮਲਕਾਰਜੁਨ ਖੜਗੇ ਨੇ, ਇਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ, ਉਸ ਨੂੰ ਲੈ ਕੇ ਇੰਡੀਆ ਅਲਾਇੰਸ ਹਰ ਸੂਬੇ ਦੇ ਵਿੱਚ ਵਿਚਾਰ ਵਟਾਂਦਰਾ ਕਰੇਗੀ, ਗੱਲਬਾਤ ਕਰੇਗੀ। ਰੂਸਿਆਂ ਨੂੰ ਮਨਾਉਣ ਦਾ ਦੌਰ ਜਿਹੜਾ ਜਾਰੀ ਹੋਊਗਾ, ਜਿਹੜੇ ਰੂਸੇ ਨੇ ਉਹਨਾਂ ਨੂੰ ਬੁਲਾ ਬੁਲਾ ਕੇ ਸੱਦ ਸੱਦ ਕੇ ਭਾਈ ਸੱਜਣੋ ਸ਼ਾਮਿਲ ਤਾਂ ਪਹਿਲਾਂ ਹੀ ਨੇ, ਪਰ ਜਿਹੜੇ ਮਨ ਮੁਟਾਵ ਹੋਏ ਨੇ ਨਾ, ਜਿੱਦਾਂ ਅਸੀਂ ਕਹਿੰਦੇ ਨੇ, ਜਿੱਦਾਂ ਹੁਣ ਪਿੱਛੇ ਜੀ ਭਾਰਤ ਭੂਸ਼ਣ ਆਸ਼ੂਰਾ ਨੇ ਕਿਹਾ ਸੀ, ਕਹਿੰਦੇ ਭਾਈ ਮੈਂ ਗੱਠਜੋੜ ਪਸੰਦ ਨਹੀਂ ਕਰਦਾ, ਜੇ ਗੱਠਜੋੜ ਹੋਇਆ ਤਾਂ ਮੈਂ ਤਾਂ ਫਿਰ ਘਰ ਹੀ ਬਹਿ ਜਾਵਾਂਗਾ, ਮੈਂ ਅਸੀਂ ਗੱਠਜੋੜ ਨਹੀਂ ਹੋਣਾ। ਹੁਣ ਉਹਨਾਂ ਨਾਲ ਵੀ ਗੱਲਬਾਤ ਦਾ ਦੌਰ ਸ਼ੁਰੂ ਹੋਊਗਾ।
ਦੇਖੋ ਭੁਪਿੰਦਰ ਜੀ, ਗੱਲ ਇੱਦਾਂ ਹੈ ਵੀ ਕਾਂਗਰਸ ਦੇ ਆਗੂ ਜੋ ਮਰਜ਼ੀ ਕਹਿੰਦੇ ਰਹਿਣ, ਕਿਤੇ ਨਾ ਕਿਤੇ ਇਹਨਾਂ ਨੂੰ ਹਾਈਕਮਾਂਡ ਦੀ ਗੱਲ 'ਤੇ ਮੰਨਣੀ ਪੈਣੀ ਹੈ, ਅਤੇ ਕਿਤੇ ਨਾ ਕਿਤੇ ਰੁੱਸਿਆਂ ਨੂੰ ਪਛਕਾਰ ਵੀ ਦਿੰਦੇ ਨੇ ਉੱਥੇ ਸੱਦ ਕੇ ਵੀ ਨਹੀਂ ਕਾਕਾ ਇੱਦਾਂ ਗੱਲ ਨਹੀਂ ਹੁੰਦੀ, ਇੱਦਾਂ ਗੱਲ ਹੁੰਦੀ ਹੈ। ਉਹ ਜਿਹੜੇ ਸੀਨੀਅਰ ਹਾਈਕਮਾਂਡ ਦੇ ਬੈਠੇ ਨੇ ਉਹਨਾਂ ਦੀ ਗੱਲ ਮੰਨ ਨਹੀਂ ਮੰਨਦੇ, ਇਹੋ ਜਿਹਾ ਨਿਆਣਾ ਰੁੱਸਾ ਆਉਂਦਾ ਨਾ, ਕਹਿੰਦੇ ਨੇ ਕਿਤੇ ਆਏ ਵੀ ਚਲੋ ਉਹ ਸੀਨੀਅਰ ਨੇ ਜੀ, ਜਿਹੜੇ ਹਾਈਕਮਾਂਡ ਹੈ ਉਹ ਤਾਂ ਕਿਤੇ ਨਾ ਕਿਤੇ ਉਹ ਮਨਾ ਹੀ ਲੈਣਗੇ ਅਤੇ ਮੰਨਣਗੇ ਵੀ ਉਹ, ਮੈਨੂੰ ਜਿੱਥੋਂ ਤੱਕ ਲੱਗਦਾ। ਅਤੇ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਗੱਠਜੋੜ ਜਿਹੜਾ ਉਹ ਕਾਮਯਾਬ ਵੀ ਹੋਣਾ ਚਾਹੀਦਾ। ਹੁਣ ਮੇਨ ਮੁੱਦਾ ਗੱਠਜੋੜ ਵਾਲੇ ਵੀ ਕਈ ਇਹੋ ਜਿਹੇ ਹੈਗੇ ਨੇ ਆਗੂ ਵੀ ਈ ਵੀ ਐੱਮ ਦੇ ਮੁੱਦੇ ਨੂੰ ਲੈ ਕੇ ਵੀ ਉਹ ਥੋੜ੍ਹਾ ਜਿਹਾ ਉਹਨਾਂ ਦੇ ਮਨਾਂ ਦੇ ਵਿੱਚ ਸ਼ੰਕਾ ਜ਼ਰੂਰ ਹੈਗੀ ਹੈ, ਗੱਲਾਂ ਬਾਤਾਂ ਵੀ ਹੁੰਦੀਆਂ ਨੇ ਈ ਵੀ ਐੱਮ ਦੇ ਮੁੱਦੇ ਨੂੰ ਲੈ ਕੇ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਵੀ ਕੀ ਫੈਸਲਾ ਲਿਆ ਜਾਂਦਾ ਹੈ ਜਾਂ ਕੀ ਹੁੰਦਾ ਹੈ ਜੀ। ਸੋ ਇਹ ਇਸ ਵੇਲੇ ਮੁੱਦੇ ਨੇ ਜਿਹੜੇ ਖਾਸ ਤੌਰ 'ਤੇ ਸਿਆਸਤ ਨੂੰ ਲੈ ਕੇ ਨੇ ਜੀ। ਜੀ, ਧੰਨਵਾਦ ਵਰਿੰਦਰ ਜੀ। ਸੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ। ਇਹਨਾਂ ਦੱਸਿਆ ਕਿ ਮੌਸਮ ਜਿਹੜਾ ਹੈ ਥੋੜ੍ਹਾ ਜਿਹਾ ਇੱਦਾਂ ਦਾ ਹੀ ਰਹੇਗਾ, ਧੁੰਦ ਸੰਘਣੀ ਹੀ ਰਹੂਗੀ ਅਤੇ ਜਿਹੜਾ ਤਾਪਮਾਨ ਆ ਉਹ ਸਥਿਰ ਰਹੂਗਾ। ਅਤੇ ਮੀਂਹ ਕਣੀ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਮੀਂਹ ਕਣੀ ਦਾ ਕੋਈ ਆਸਾਰ ਨਹੀਂ ਹੈਗੇ ਫਿਲਹਾਲ। ਅਤੇ ਲੋਕਾਂ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਉਹ ਆਪਣਾ ਧਿਆਨ ਰੱਖਣ, ਠੰਡ ਦੇ ਵਿੱਚ ਆਪਣਾ ਬਚਾਅ ਰੱਖਣ ਜਿੰਨਾ ਹੋ ਸਕੇ। ਅਤੇ ਜੇਕਰ ਗੱਲ ਕਰੀਏ ਦੇਸ਼ ਦੁਨੀਆ ਦੀ ਤਾਂ ਦੇਸ਼ ਦੁਨੀਆ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਪਿੱਛੇ ਜੇ ਕਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਇੱਕ ਨੌਜਵਾਨ ਜਿਹੜਾ ਕਿ ਟਰੱਕ ਡਰਾਈਵਰ ਹੁੰਦਾ ਹੈ ਉਸਦੇ ਕੋਲੋਂ ਜਿਹੜੀ ਨਸ਼ੇ ਦੀ ਖੇਪ ਬਰਾਮਦ ਕੀਤੀ ਜਾਂਦੀ ਹੈ। ਉੱਥੇ ਜੇਕਰ ਗੱਲ ਕਰੀਏ ਨਿਊਜ਼ੀਲੈਂਡ ਦੀ, ਨਿਊਜ਼ੀਲੈਂਡ ਦੇ ਵਿੱਚ ਵੀ ਪੰਜਾਬੀ ਭਾਈਚਾਰੇ ਦਾ ਇੱਕ ਨੌਜਵਾਨ ਆਪਣੀ ਡਿਊਟੀ ਕਰ ਰਿਹਾ ਸੀ, ਆਪਣੇ ਫਰਜ਼ ਨਿਭਾ ਰਿਹਾ ਸੀਗਾ, ਆਪਣੇ ਫਰਜ਼ ਨਿਭਾਉਂਦੇ ਹੋਏ ਉਸ ਨੂੰ ਅਜਿਹੇ ਲੋਕਾਂ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਉਸਨੂੰ ਖਮਿਆਜ਼ਾ ਜਿਹੜਾ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ। ਜੇਕਰ ਉੱਥੇ ਗੱਲ ਕਰੀਏ ਆਪਾਂ ਆਪਣੀ ਧਰਤੀ ਦੀ, ਪੰਜਾਬ ਦੀ, ਪੰਜਾਬ ਦੇ ਵਿੱਚ ਵੀ ਪੰਜਾਬੀ ਸ਼ਾਇਦ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹੋਣਗੇ, ਕਿਉਂਕਿ ਆ ਜਿਹੜੀ ਹਾਲ ਹੀ ਦੇ ਵਿੱਚ ਖਬਰ ਆਈ ਹੈ, ਅੱਜ ਦੀ ਖਬਰ ਹੈ, ਲੁਧਿਆਣਾ ਦੇ ਵਿੱਚ ਇੱਕ ਨੌਜਵਾਨ ਨੂੰ ਮਾਰ ਦਿੱਤਾ ਜਾਂਦਾ, ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ। ਮਾਮੂਲੀ ਜਿਹੀ ਤਕਰਾਰ ਤੋਂ ਗੱਲ ਇੰਨੀ ਵੱਧ ਜਾਂਦੀ ਹੈ ਕਿ ਨੌਜਵਾਨ ਜਿਹੜੇ ਕਿ ਪ੍ਰਵਾਸੀ ਨੇ, ਪ੍ਰਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਨੌਜਵਾਨ ਦੀ ਅਜਿਹੀ ਕੁੱਟਮਾਰ ਕੀਤੀ ਜਾਂਦੀ ਹੈ ਕਿ ਉਹ ਮੁੰਡਾ ਪ੍ਰਾਣ ਤਿਆਗ ਦਿੰਦਾ। ਜੇਕਰ ਗੱਲ ਕਰੀਏ ਸਿਆਸਤ ਦੀ ਤਾਂ ਸਿਆਸਤ ਦੇ ਵਿੱਚ ਵੀ ਜਿਹੜੀ ਆ ਤੜਥੱਲੀ ਜਿਹੀ ਮੱਚੀ ਹੋਈ ਆ, ਖਾਸ ਕਰਕੇ ਕਾਂਗਰਸ ਦੀ। ਕਾਂਗਰਸ ਜਿਹੜੀ ਆ ਆਪਣੀ ਹੀ ਪਾਰਟੀ ਦੇ ਵਿੱਚ ਕੁਝ ਆਗੂਆਂ ਨੂੰ ਲੈ ਕੇ ਥੋੜ੍ਹੀ ਜਿਹੀ ਚਿੰਤਤ ਹੈ। ਇੰਡੀਆ ਗਠਬੰਧਨ ਦੇ ਵਿੱਚ ਵੀ ਥੋੜ੍ਹੀ ਜਿਹੀ ਦਿੱਕਤ ਸਾਹਮਣੇ ਆਉਂਦੀ ਹੈ, ਜਿੱਦਾਂ ਕਿ ਕੱਲ੍ਹ ਇੱਕ ਬਿਆਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤਾ ਜਾਂਦਾ, ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਆਪਣੀ ਹੀ ਪਾਰਟੀ ਦੇ ਵਿੱਚ ਗਰਮਾ ਜਾਂਦੀ ਹੈ, ਇੱਕ ਸਿਆਸਤ ਜੀ ਗਰਮਾ ਜਾਂਦੀ ਹੈ, ਜਿਸ ਤੋਂ ਬਾਅਦ ਅੱਜ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਰੱਖੀ ਜਾਂਦੀ ਹੈ, ਜਿੱਥੇ ਉਮੀਦ ਲਗਾਈ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੜੇ ਮੁੱਦੇ ਹੋਣਗੇ, ਕਿਹੜੇ ਮੁੱਦਿਆਂ 'ਤੇ ਗੱਲਬਾਤ ਕੀਤੀ ਜਾਵੇਗੀ। ਅਤੇ ਦੂਜੀ ਗੱਲ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਆਪਣੇ ਥੋੜ੍ਹੇ ਜਿਹੇ ਬੜਬੋਲੇਪਣ ਦੇ ਕਰਕੇ ਨਾ ਪਸੰਦ ਕੀਤੇ ਜਾਂਦੇ ਨੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਾਂ ਬਾਕੀ ਜਿਹੜੇ ਕਾਂਗਰਸ ਦੇ ਆਗੂ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਮਸਲੇ ਨੂੰ ਵੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਉੱਥੇ ਹੀ ਗਠਬੰਧਨ ਦੀ ਗੱਲ ਕਰੀਏ, ਇੰਡੀਆ ਗਠਬੰਧਨ ਦੀ, ਉਸ ਨੂੰ ਲੈ ਕੇ ਵੀ ਕੁਝ ਆਗੂਆਂ ਨੂੰ ਸਮਝਾਇਆ ਜਾਵੇਗਾ ਕਿ ਕਿਵੇਂ ਨਾ ਕਿਵੇਂ ਆਪਾਂ ਲੋਕ ਸਭਾ ਚੋਣਾਂ ਨੇ ਉਹ ਜਿਹੜੀਆਂ ਜਿੱਤਣੀਆਂ ਨੇ, ਉਸ ਕਰਕੇ ਉਹਨਾਂ ਨੂੰ ਵੀ ਕੁਝ ਸਮਝਾਇਆ ਜਾਵੇਗਾ ਅਤੇ ਪਾਰਟੀ ਹਾਈਕਮਾਂਡ ਨੂੰ ਵੀ ਕੁਝ ਉਹਨਾਂ ਦੀ ਗੱਲਾਂ ਮੰਨਣੀਆਂ ਪੈਣਗੀਆਂ। ਸੋ ਇਹ ਸਨ ਜਿਹੜੀਆਂ ਸਿਆਸਤ ਦੀਆਂ ਗੱਲਾਂ, ਦੇਸ਼ ਦੁਨੀਆ ਦੀਆਂ ਗੱਲਾਂ, ਠੰਡ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਆ ਉਹ। ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਸਿਆਸਤ ਦੇ ਮੁੱਦਿਆਂ ਨੂੰ ਲੈ ਕੇ, ਦੇਸ਼ ਦੁਨੀਆ ਦੇ ਮੁੱਦਿਆਂ ਨੂੰ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ, ਸ਼ੁਕਰੀਆ।